ਸਰ 2-2.5 ਘੰਟੇ ਹੋ ਗਏ। ਲਾਈਟ ਫੁੱਲ ਹੈ? ਲਾਈਟ ਨਹੀਂ ਹੈ ਸਰ, ਬਿਲਕੁਲ ਨਹੀਂ। ਪੱਕਾ? ਪਸੀਨਾ ਟਪਕ ਰਿਹਾ, ਪਸੀਨਾ ਇਸ ਤਰ੍ਹਾਂ। ਇੱਕ ਪੰਖਾ ਚੱਲ ਰਿਹਾ ਸਰ, ਇਨਵਰਟਰ ਪੇ ਸਰ, ਇਨਵਰਟਰ ਪੇ ਆਮ ਜੀਂਦੇ ਹਾਂ। ਪੰਖੇ ਜੁੜ ਰਹੇ ਹੈ, ਸਾਰਾ ਆਫਿਸ ਖਾਲੀ ਹੈ, ਸਾਰਾ ਹਮਾਰੇ ਡਿਪੈਂਡੈਂਟ ਕਲਾਇੰਟ ਇਸ ਪੇ, ਕਿਉਂਕਿ ਬਿਜਲੀ ਕਾ ਯੇ ਹਾਲ ਰਹੇਗਾ, ਪੰਖੋਂ ਕਾ ਯੇ ਹਾਲ ਰਹੇਗਾ, ਤੋ ਕੌਣ ਆ ਕੇ ਮਰੇ ਆਫਿਸ ਮੇਂ ਬੈਠੇਗਾ। ਲਾਈਟ ਕਬ ਆਏਗੀ ਜਹਾਂ ਪੇ ਇਤਨੀ ਗਰਮੀ ਮੇਂ ਬੈਠੇ ਹੋਏ ਹੈਂ, ਬੁਰੀ ਹਾਲਤ ਹੈ। ਆਪ ਲੋਗੋਂ ਕਾ ਕਸੂਰ ਕਿਆ ਹੈ? ਅਬ ਸਰ ਭੁਗਤ ਰਹੇ ਹੈਂ ਹਮ, ਪਤਾ ਤੋ ਜੇ ਹਮੇਂ ਖੁਦ ਨਹੀਂ ਚੱਲ ਰਿਹਾ ਕਿ ਕੌਣ ਸੇ ਪਾਪ ਕੀਏ ਹਮਨੇ, ਜੋ ਬੋਲਤੇ ਸਮਾਰਟ ਮੀਟਰ ਲਗੇਂਗੇ ਤੋ ਲਾਈਟ ਬੰਦ ਨਹੀਂ ਹੋਗੀ, ਪਰ ਐਸਾ ਤੋ ਦਿਖ ਨਹੀਂ ਰਿਹਾ। ਈਵਨ ਕਿ ਲੈਪਟੋਪ ਵੀ ਤੁਹਾਨੂੰ ਦਿਖ ਰਹੀ ਹੋਏਗੀ, ਸਕਰੀਨ ਓਪਨ ਆ, ਅਤੇ ਬਾਕੀ ਜਿਹੜੀ ਲਾਈਟ ਹੈਗੀ ਆ ਆਪਣੀ ਮੋਬਾਈਲ ਦੀ ਔਨ ਕੀਤੀ ਆ। ਇਹ ਗਾਂਧੀ ਨਗਰ ਕਹਿੰਦਾ ਵੀਰ ਜੀ, ਲਾਈਟ ਜਾਣੇ ਦਾ ਪਤਾ ਚੱਲਦਾ, ਆਏਗੀ ਕਾ ਪਤਾ ਨਹੀਂ। ਸਮਾਰਟ ਸਿਟੀ ਬਣ ਗਈ ਆਪਣੇ ਸਾਹਮਣੇ, ਏ ਸੀ ਲਗਾ ਹੋਇਆ, ਖਾਲੀ ਦੇਖਣੇ ਕੇ ਲੀਏ, ਮਤਲਬ ਦੇਖਤੇ ਹੋ ਨਾ, ਏ ਸੀ ਕੋ ਠੰਡ ਆ ਜਾਤੀ ਹੈ। ਆਪਸੀ ਸਾਇੰਸ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਅਤੇ ਮੈਂ ਹਾਂ ਤਜਿੰਦਰਪਾਲ ਸਿੰਘ। ਅੱਜ ਤੁਹਾਨੂੰ ਅਸੀਂ ਲੈ ਕੇ ਚੱਲਾਂਗੇ ਸਮਾਰਟ ਜੰਮੂ ਸਿਟੀ। ਸਮਾਰਟ ਸਿਟੀ ਦੇ ਸਮਾਰਟ ਮੀਟਰਸ ਲੱਗੇ ਹੋਏ ਇਲਾਕੇ ਬੜੇ ਹੀ ਸੋਹਣੇ ਗਾਂਧੀ ਨਗਰ ਜੰਮੂ ਵਿੱਚ। ਗਾਂਧੀ ਨਗਰ ਜੰਮੂ ਦੇ ਵਿੱਚ 1-2 ਦਫ਼ਤਰਾਂ ਦੇ ਵਿੱਚ ਅਤੇ ਇੱਕ ਅੱਧੀ ਦੁਕਾਨ ਦੇ ਵਿੱਚ ਵੀ ਤੁਹਾਨੂੰ ਲੈ ਕੇ ਚੱਲਾਂਗੇ, ਔਰ ਉੱਥੇ ਸੁਣਾਵਾਂਗੇ ਕਿ ਉੱਥੇ ਦੇ ਲੋਕ ਕੀ ਕਹਿੰਦੇ ਨੇ। ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਜੰਮੂ ਦੇ ਵਿੱਚ ਦੇਖਿਆ ਕਿ ਪਾਵਰ ਦੇ ਕੱਟ ਯਾਨੀ ਬਿਜਲੀ ਦੇ ਕੱਟ ਬਹੁਤ ਜ਼ਿਆਦਾ ਲੱਗ ਰਹੇ ਨੇ ਲਗਭਗ ਸਾਰੇ ਪਾਸੇ। ਅੱਜ ਅਸੀਂ ਦੌਰਾ ਕੀਤਾ ਗਾਂਧੀ ਨਗਰ ਪੌਸ਼ ਇਲਾਕਾ ਸਮਾਰਟ ਸਿਟੀ ਜੰਮੂ ਦੇ ਸਮਾਰਟ ਮੀਟਰ ਲੱਗੇ ਹੋਏ ਘਰਾਂ ਦੇ ਵਿੱਚ, ਅਤੇ ਉੱਥੇ ਦੇਖਿਆ ਕਿ ਬਿਜਲੀ ਦੇ ਕੀ ਹਾਲਾਤ ਨੇ, ਲੋਕਾਂ ਨੇ ਕੀ ਕਿਹਾ ਉਹ ਵੀ ਤੁਹਾਨੂੰ ਦਿਖਾਵਾਂਗੇ। ਉਸ ਤੋਂ ਪਹਿਲੇ ਤੁਹਾਨੂੰ ਦੱਸ ਦਈਏ ਕਿ ਜੰਮੂ ਦੇ ਗਾਂਧੀ ਨਗਰ ਦੇ JKPDCL ਦਫ਼ਤਰ ਦੇ ਜਿਹੜੇ ਉੱਚ ਅਧਿਕਾਰੀ ਉੱਥੇ ਬੈਠੇ ਸੀ, ਅਸੀਂ ਉਹਨਾਂ ਦੇ ਕੋਲ ਗਏ ਜਦ ਪੁੱਛਣ ਵਾਸਤੇ ਕਿ ਬਿਜਲੀ ਦੇ ਕੱਟਸ ਕਿਉਂ ਲੱਗ ਰਹੇ ਨੇ, ਤਾਂ ਉਹਨਾਂ ਨੇ ਦੱਸਿਆ ਕਿ ਓਵਰਲੋਡਿੰਗ ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੱਸੀਆਂ। ਲੇਕਿਨ ਉਹਨਾਂ ਨੇ ਕਿਹਾ ਕਿ ਇੱਕ GIS ਸਟੇਸ਼ਨ ਜਿਹੜਾ ਹੈ ਗਾਂਧੀ ਨਗਰ ਦੇ ਵਿੱਚ ਬਣਾਇਆ ਜਾਏਗਾ, ਜਿਹਦੀ ਤਸਵੀਰ ਤੁਹਾਨੂੰ ਨਾਲ ਦੇ ਨਾਲ ਦਿਖਾ ਰਹੇ। ਖਾਲੀ ਪਲਾਟ ਪਿਆ ਹੋਇਆ ਹਜੇ, ਮਗਰ 2 ਮਹੀਨੇ ਦਾ ਟਾਈਮ ਉਹਨਾਂ ਨੇ ਮੰਗਿਆ। ਗਾਂਧੀ ਨਗਰ ਜੰਮੂ ਸਮਾਰਟ ਸਿਟੀ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਹਜੇ 2 ਮਹੀਨੇ ਬਿਨਾਂ ਕੱਟ ਦੇ ਬਿਜਲੀ ਦਾ ਇੰਤਜ਼ਾਰ ਕਰਨਾ ਪਏਗਾ। ਲੇਕਿਨ ਇਸ ਤੋਂ ਇਲਾਵਾ ਉੱਥੇ ਦੇ ਲੋਕਾਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਕਿ ਜਿਹੜੇ ਛੋਟੇ ਛੋਟੇ ਬਿਜ਼ਨਸ ਖੋਲ੍ਹ ਕੇ ਬੈਠੇ ਨੇ ਉਹਨਾਂ ਦੇ ਕੀ ਹਾਲਾਤ ਨੇ ਇਸ ਵੇਲੇ, ਅਤੇ ਜੰਮੂ ਕਸ਼ਮੀਰ ਜੋ ਸਮਾਰਟ ਸਿਟੀ, ਜੰਮੂ ਸਮਾਰਟ ਸਿਟੀ ਖਾਸ ਕਰਕੇ ਅਸੀਂ ਗੱਲ ਕਰ ਰਹੇ ਹਾਂ, ਜਿੱਥੇ ਕਿ ਪਾਵਰ ਦੇ 3-3 ਘੰਟੇ ਦੇ ਕੱਟ ਇਸ ਵੇਲੇ ਵੀ ਗਾਂਧੀ ਨਗਰ ਦੇ ਵਿੱਚ ਕਰੀਬ 3 ਘੰਟੇ ਤੋਂ ਪਾਵਰ ਨਹੀਂ ਆਈ, ਬਿਜਲੀ ਨਹੀਂ ਆਈ। ਲੋਕਾਂ ਦੇ ਇਨਵਰਟਰ, AC, ਪੱਖੇ ਸਭ ਬੰਦ ਹੋ ਚੁੱਕੇ ਨੇ, ਇੱਥੇ ਤੱਕ ਕਿ ਲੋਕਾਂ ਨੇ ਬਲਬ ਤੱਕ ਬੰਦ ਕਰ ਦਿੱਤੇ। ਕੀ ਕਿਹਾ ਇਹਨਾਂ ਲੋਕਾਂ ਨੇ, ਕੀ ਕਿਹਾ ਉਹਨਾਂ ਛੋਟੇ ਛੋਟੇ ਦੁਕਾਨਦਾਰਾਂ ਨੇ ਅਤੇ ਦਫ਼ਤਰ ਵਾਲਿਆਂ ਨੇ, ਆਓ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੰਮੂ ਦੇ ਪਾਵਰ ਡਿਵੈਲਪਮੈਂਟ ਦੇ ਉੱਚ ਅਧਿਕਾਰੀ ਨੇ ਇਹ ਗੱਲ ਕਹੀ ਹੈ ਕਿ 2 ਮਹੀਨੇ ਤੁਹਾਨੂੰ ਹਜੇ ਹੋਰ ਵੇਟ ਕਰਨਾ ਪਏਗਾ। GIS ਸਟੇਸ਼ਨ ਕਰਕੇ ਕੁਛ ਆ ਰਿਹਾ ਹੈ, ਜੋ ਨਵਾਂ ਸਟੇਸ਼ਨ ਗਾਂਧੀ ਨਗਰ ਦੇ ਵਿੱਚ ਲੱਗ ਰਿਹਾ ਹੈ, ਉਸ ਤੋਂ ਬਾਅਦ ਤੁਹਾਡੇ ਪਾਵਰ ਦੇ ਕੱਟਸ ਜਿਹੜੇ ਨੇ ਉਹ ਠੀਕ ਹੋ ਜਾਣਗੇ। ਖੈਰ 2 ਮਹੀਨੇ ਬਾਅਦ ਅਸੀਂ ਫਿਰ ਦੇਖਾਂਗੇ ਕਿ ਪਾਵਰ ਕੱਟ ਠੀਕ ਹੁੰਦੇ ਨੇ ਜਾਂ ਨਹੀਂ, ਲੇਕਿਨ ਫਿਲਹਾਲ ਅੱਜ ਜੋ ਪਾਵਰ ਕੱਟ ਔਰ ਗਰਮੀ ਦਾ ਜੋ ਅਤ ਗਰਮੀ ਦੀ ਸੀਗੀ
ਉਹਦੇ ਬਾਰੇ 'ਚ ਲੋਕਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ। ਤੁਹਾਨੂੰ ਇੱਕ ਦਫ਼ਤਰ ਦੇ ਵਿੱਚ ਲੈ ਕੇ ਜਾ ਰਿਹਾ, ਦਫ਼ਤਰ ਹੈ, ਇੱਕ ਸਿੰਘ ਸਾਹਿਬ ਬੈਠੇ ਨੇ ਇੱਥੇ। ਕੀ ਹਾਲ ਹੈ ਸਰ? ਕੀ ਹਾਲ ਹੈ? ਹਨੇਰੇ 'ਚ ਬੈਠੇ ਤੁਸੀਂ? ਹਾਂ, ਲਾਈਟ ਨਹੀਂ ਹੈਗੀ, ਮੋਬਾਈਲ 'ਤੇ ਔਨ ਕਰਕੇ ਬੈਠੇ ਹਾਂ। ਈਵਨ ਕਿ ਲੈਪਟੋਪ ਵੀ ਤੁਹਾਨੂੰ ਦਿਖ ਰਹੀ ਹੋਏਗੀ, ਸਕਰੀਨ ਓਪਨ ਆ, ਅਤੇ ਬਾਕੀ ਜਿਹੜੀ ਲਾਈਟ ਹੈਗੀ ਆ ਆਪਣੀ ਮੋਬਾਈਲ ਦੀ ਔਨ ਕੀਤੀ ਆ। ਇਲਾਕਾ ਕਿਹੜਾ ਪੈਂਦਾ ਹੈ? ਇਹ ਗਾਂਧੀ ਨਗਰ ਪੈਂਦਾ ਵੀਰ ਜੀ। ਖਾਸ ਗਾਂਧੀ? ਹਾਂਜੀ ਹਾਂਜੀ ਮੇਨ ਗਾਂਧੀ, ਬਿਲਕੁਲ ਬਿਲਕੁਲ, ਗਾਂਧੀ ਨਗਰ ਜੰਮੂ। ਲਾਈਟ ਕਿਸ ਟਾਈਮ ਦੀ ਪੈਂਦਾ ਵੀਰ ਜੀ? ਇਹ ਤਾਂ 3 ਵਜੇ ਦੀ ਬਣਦਾ ਹੈ, ਮਤਲਬ ਕਿ ਤੁਸੀਂ ਵੇਖੋ ਤਾਂ ਸਵੇਰ ਤੋਂ ਲਾਈਟ ਆਏਗੀ ਨਹੀਂ ਸਾਡੀ, ਮਤਲਬ ਕਿ 5-10 ਮਿੰਟ ਲਈ ਆਉਂਦੀ ਹੈ, ਫਿਰ ਚੱਲ ਜਾਂਦੀ ਹੈ, ਫਲਕਚੁਏਸ਼ਨ ਹੁੰਦੀ ਹੈ, ਇਨਵਰਟਰ ਵੀ ਡੈਡ ਹੋਇਆ ਪਿਆ। ਸਮਾਰਟ ਸਿਟੀ ਬਣ ਗਈ? ਬਿਲਕੁਲ ਸਰ, ਲੈਫਟ ਇਟਸ ਇਨ ਫਰੰਟ ਆਫ ਯੂ, ਤੁਹਾਡੇ ਸਾਹਮਣੇ ਹੀ ਹੈ। ਜੋ ਦਾਅਵੇ ਕੀਤੇ ਸੀਗੇ ਇਹਨਾਂ ਨੇ, ਬਿਲਕੁਲ ਡੈਫੀਨੇਟਲੀ ਮੈਂ ਕਹਿ ਸਕਦਾ ਹਾਂ ਕਿ ਕੁਛ ਹੋ ਨਹੀਂ ਰਿਹਾ, ਮਤਲਬ ਕਿ ਅਗਰ ਤੁਸੀਂ ਇੰਨਾ ਚਾਰਜ ਕਰ ਰਹੇ ਹੋ ਸਾਨੂੰ ਬਿੱਲ ਵਗੈਰਾ, ਅਸੀਂ ਬਿੱਲ ਔਨ ਟਾਈਮ ਪੇ ਕਰ ਰਹੇ ਹਾਂ, ਈਵਨ ਕਿ ਜ਼ਿਆਦਾ ਹੀ ਪੇ ਕਰ ਰਹੇ ਹਾਂ, ਅਸੀਂ ਕੋਈ ਓਬਜੈਕਸ਼ਨ ਵੀ ਨਹੀਂ ਕਰਦੇ ਕਿ ਬਿੱਲ ਇੰਨੇ ਹਾਈ ਕਿਉਂ ਆ, ਬਟ ਸਟਿਲ ਸਾਨੂੰ ਮਤਲਬ ਕਿ ਕੋਈ ਵੀ ਉਹ ਨਹੀਂ ਹੈਗੀ, ਸਾਨੂੰ ਕੁਛ ਹੋਇਆ ਕਿ ਲਾਈਟ ਹੈ, ਕੁਛ ਨਹੀਂ ਹੈਗਾ, ਆਪਣੀ ਗਰਮੀ। ਕੰਮ ਕਿਸ ਤਰ੍ਹਾਂ ਚੱਲਦਾ ਫਿਰ? ਕਈ ਵਾਰੀ ਇਨਵਰਟਰ ਦੇ ਥਰੋ ਕਰਦੇ ਹਾਂ, ਕਈ ਵਾਰੀ ਬੱਚੇ ਨੂੰ ਆਫ ਕਰਨਾ ਪੈਂਦਾ, ਫਿਰ ਸਾਡਾ ਵੀ ਕੰਮ ਸਫਰ ਹੋ ਰਿਹਾ ਹੈ, ਬੱਚੇ ਜਦੋਂ ਆਫ ਕਰਕੇ ਜਾਂਦੇ ਨੇ ਉਹ ਕਹਿੰਦੇ ਜੀ ਲਾਈਟ ਨਹੀਂ ਹੈਗੀ, ਫਿਰ ਆਪਾਂ ਪੜ੍ਹਨਾ ਨਹੀਂ ਇੱਥੇ, ਹੈ ਨਾ, ਅਤੇ ਉਹ ਸਾਨੂੰ ਬਹੁਤ ਲਾਸ ਹੋ ਰਿਹਾ ਇਸ 'ਚ। ਤੁਸੀਂ ਦੇਖ ਰਹੇ ਹੋ ਕਿ ਇਹ ਹੁਣ ਤੁਹਾਨੂੰ ਇੱਕ ਹੋਰ ਦਫ਼ਤਰ ਹੈ ਇੱਥੇ ਲੈ ਕੇ ਜਾ ਰਹੇ ਹਾਂ। ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀ ਅਮਰਜੀਤ ਸਿੰਘ ਹੈ ਜੀ। ਅਮਰਜੀਤ ਜੀ, ਕੀ ਗੱਲ ਹੈ, ਸਾਰੇ ਵਿਹਲੇ ਬੈਠੇ ਨੇ ਇੱਥੇ? ਸਰ ਕੰਮ ਹੀ ਨਹੀਂ ਹੈ, ਪਾਵਰ ਨਹੀਂ ਹੈ, ਕਿਉਂਕਿ ਸਾਰਾ ਜੋ ਹਮਾਰਾ ਸੈਟਅਪ ਹੈ ਉਹ ਪਾਵਰ ਪੇ ਹੈ, ਤੋ ਸੁਬਹ ਸੇ ਪਾਵਰ ਨਹੀਂ ਹੈ, ਬਿਲਕੁਲ 5-5 ਮਿੰਟ ਕੇ ਲਈ ਪਾਵਰ ਆਤਾ ਹੈ, ਕੱਟ ਕੱਟ, ਬਿਲਕੁਲ ਕੱਟ, ਸਾਰੇ ਦੇਖੀ ਆ, ਸਾਰਾ ਹਮਾਰਾ ਆਫਿਸ ਜੋ ਹੈ ਬਿਲਕੁਲ ਖਾਲੀ ਹੈ, ਕਲਾਇੰਟਸ ਹਮਾਰੇ ਸਭ ਕੋਈ ਡਾਟਾ ਅਪਲੋਡ ਕਰਦੇ ਹੋ, ਸਾਰਾ ਕੰਮ ਹੀ ਕੰਪਿਊਟਰ ਹੈ, ਉਹ ਪਾਵਰ ਸੁਬਹ ਦੇ ਪਾਵਰ ਨਹੀਂ ਹੈ, ਬਿਲਕੁਲ ਇਹ ਰੋਜ਼ ਦੀ ਰੂਟੀਨ ਬਣੀ ਹੋਈ ਹੈ, ਰੋਜ਼ ਦੀ ਰੂਟੀਨ ਹੈ, ਆਪ ਦੇਖ ਲੈ, ਸਟਾਫ ਹਮਾਰਾ ਸਾਰਾ ਐਸੇ ਬੈਠਾ ਹੋਇਆ ਹੈ, ਔਰ ਬਹੁਤ ਬੁਰੀ ਹਾਲਤ ਹੈ, ਪੂਰ ਦੇਖ ਲੈ, ਪੂਰਾ ਸਟਾਫ ਬਿਲਕੁਲ ਬੇਕਾਰ ਬੈਠਾ ਹੋਇਆ, ਤੋ ਖਰਚੇ ਹਮ ਕਹਾਂ ਸੇ ਨਿਕਾਲੇਂਗੇ, ਇੱਥੇ ਦੇ ਕਿਰਾਏ, ਔਰ ਨੀਅਰ ਬਾਏ ਹਮ ਆਪ ਦੇਖ ਲੈ, ਯਹਾਂ ਪੇ ਸਾਰੀ ਮਿਨਿਸਟਰੀ, MLC, ML ਸਭ ਲੋਕ ਯਹਾਂ ਪੇ ਨੀਅਰ ਬਾਏ ਪੇ, ਲੇਕਿਨ ਸਮਝ ਨਹੀਂ ਆਉਂਦੀ ਪਾਵਰ ਕਾ ਕੋਈ ਰੋਲ ਹੀ ਨਹੀਂ ਹੈ ਯਹਾਂ ਪੇ, ਕੋਈ ਬੋਲਤਾ ਨਹੀਂ ਹੈ, ਔਰ ਕੋਈ ਪਾਵਰ ਹੈ ਹੀ ਨਹੀਂ ਯਹਾਂ। ਹਾਲਾਤ ਇੰਨੇ ਮਾੜੇ ਹੋ ਗਏ ਨੇ? ਬਹੁਤ ਸਰ, ਬਹੁਤ, ਆਪ ਦੇਖ ਰਹੇ ਹਾਂ, ਪੱਖੇ ਜੁੜ ਰਹੇ ਹੈ, ਸਾਰਾ ਆਫਿਸ ਖਾਲੀ ਹੈ, ਸਾਰਾ ਹਮਾਰੇ ਡਿਪੈਂਡੈਂਟ ਹੀ ਕਲਾਇੰਟ ਪੇ, ਅਗਰ ਬਿਜਲੀ ਕਾ ਯਹ ਹਾਲ ਰਹੇਗਾ, ਪੱਖੋਂ ਕਾ ਯਹ ਹਾਲ ਰਹੇਗਾ, ਤੋ ਕੌਣ ਆ ਕੇ ਹਮਾਰੇ ਆਫਿਸ ਮੇ ਬੈਠਾ? ਹਰਜਿੰਦਰ ਸਿੰਘ, ਹਰਜਿੰਦਰ ਜੀ, ਅੱਜ ਕੰਮ ਦਾ ਕੀ ਹਾਲਾਤ ਨੇ ਇੱਥੇ, ਕੀ ਬੈਠੇ ਹੋ ਵਿਹਲੇ, ਪੱਖੇ ਚੱਲ ਰਹੇ ਹੋ, ਕੀ ਚੱਕਰ ਹੈ? ਸਰ 1 ਵਜੇ ਦੀ ਲਾਈਟ ਬੰਦ ਹੈ, 5 ਮਿੰਟ ਆ ਰਹੀ ਹੈ, 5 ਮਿੰਟ ਜਾ ਰਹੀ ਹੈ, ਔਰ ਇਹ ਪਾਸ਼ਰੀਆ ਗਾਂਧੀ ਨਗਰ ਹੈ, ਐਕਸ਼ਨ ਸਾਹਿਬ ਦਾ ਆਫਿਸ ਇੱਥੋਂ 200 ਮੀਟਰ ਦੂਰ ਹੈ। 200 ਮੀਟਰ ਦੂਰ ਐਕਸ਼ਨ ਸਾਹਿਬ ਦਾ ਦਫ਼ਤਰ ਹੈ, ਉਹ ਵੀ ਦਿਖਾਵਾਂਗੇ ਅਸੀਂ ਤੁਹਾਨੂੰ, ਕੀ ਮਤਲਬ ਕੰਮ ਕਾਜ ਬਿਲਕੁਲ ਬੰਦ? ਸਰ ਸਭ ਤੋਂ ਵੱਡੀ ਗੱਲ ਹੈ, ITR ਇਸ ਵਕਤ ਤੁਹਾਨੂੰ ਪਤਾ ਸਾਡਾ ਸਟਾਕ ਮਾਰਕੀਟ ਦਾ ਕੰਮ ਹੈ, ITR ਵਾਸਤੇ ਹਰ ਬੰਦਾ ਇਸ ਵਕਤ ਸਾਨੂੰ ITR ਦਿਓ, ITR ਦਿਓ, ਰਿਟਰਨ ਭਰਨੀ ਹੈ, ਉਹ ITR ਕਿੱਥੋਂ ਦੀ ਹੈ? ਲਾਈਟ ਹੀ ਬੰਦ ਹੈ ਸਰ, ਨਾ ਪ੍ਰਿੰਟਰ ਚੱਲ ਰਹੇ, ਨਾ ਸਿਸਟਮ ਚੱਲ ਰਹੇ ਫੇਰੇ ਦੇ। ਸਰ ਮਨੋਜ ਸੈਣਾ ਸਰ ਤਾਂ ਕਹਿ ਰਹੇ ਸਨ ਕਿ ਤੁਹਾਨੂੰ ਸਮਾਰਟ ਮੀਟਰ 'ਤੇ ਤੁਹਾਨੂੰ ਲਾਈਟ ਬਿਲਕੁਲ ਨਹੀਂ ਬੰਦ ਹੈਗੀ, ਮੈਂ ਤਾਂ ਕਹਿ ਰਿਹਾ ਕਿ ਲਾਈਟ ਆ ਹੀ ਨਹੀਂ ਦੀ ਹੈ, ਜਿਸ ਤਰ੍ਹਾਂ ਪਹਿਲੇ ਹਾਲਾਤ ਸਨ ਸਾਡੇ ਉਸ ਤੋਂ ਬਦਤਰ ਬਣ ਗਏ ਨੇ ਇਸ ਟਾਈਮ। ਮਤਲਬ ਸਮਾਰਟ ਸਿਟੀ ਬਣ ਗਈ? ਸਮਾਰਟ ਸਿਟੀ ਸਰ ਬਣ ਗਈ ਹੈ, ਸਿਰਫ ਬਿਜਲੀ ਦੇ ਬਿੱਲ ਜਿਹੜੇ ਵੱਧ ਗਏ ਹਨ ਬਹੁਤ ਜ਼ਿਆਦਾ, ਉਹ ਸਮਾਰਟ ਸਿਟੀ ਬਣ ਗਈ ਹੈ। ਵਿਸ਼ਾਲ ਜੀ, ਕੀ ਕਹਿਣਾ ਚਾਹੋਗੇ ਅੱਜ ਤੁਸੀਂ ਵਿਹਲੇ ਬਹਿ ਕੇ ਪੱਖੇ ਚੱਲ ਰਹੇ ਹੋ? ਆਹੋ, ਪੱਖੇ ਚੱਲਣੇ ਆ ਨਾ, ਹੋਰ ਕੀ ਕਰਨਾ, ਇੱਥੇ ਲਾਈਟ ਤਾਂ ਹੈ ਨਹੀਂ ਆ, ਬਿਨਾਂ ਲਾਈਟ ਦਾ ਕੰਮ ਚੱਲਣਾ ਨਹੀਂ। ਇਨਵਰਟਰ ਵੀ ਨਹੀਂ ਹੈ? ਇਨਵਰਟਰ ਸਵੇਰੇ ਕਿੰਨਾ ਟਾਈਮ ਕੱਟੇਗਾ? ਜ਼ਿਆਦਾ 3 ਘੰਟੇ 4 ਘੰਟੇ ਇਨਵਰਟਰ ਡੈਡ ਹੋ ਗਿਆ। ਚਲੋ ਅੱਜ ਸੈਟਰਡੇ ਆ, ਮਾਰਕੀਟ ਆਫ ਹੁੰਦੀ ਆ, ਨਿਕਲ ਗਿਆ ਟਾਈਮ, ਪਰ ਮੰਡੇ ਨੂੰ ਆਇਆ ਹੋਏਗਾ ਤਾਂ ਫਿਰ ਪ੍ਰੋਬਲਮ ਆਏਗੀ, ਕਲਾਇੰਟ ਸਾਡੇ 'ਤੇ ਐਕਸ਼ਨ ਲਏਗਾ ਕਿ ਹਮਾਰਾ ਆਰਡਰ ਨਹੀਂ ਪਿਆ, ਜੇ ਹੈ ਵੋ ਹੈ, ਕਲਾਇੰਟ ਤੋਂ ਦੁਖੀ ਹੋਏਗਾ, ਸਾਡੇ ਕੋਲ ਇਰੀਟੇਟ ਹੋਏਗਾ। ਮਤਲਬ ਹੁਣ ਤੁਸੀਂ ਕੀ ਚਾਹੁੰਦੇ ਹੋ, ਕਿਆ ਇਹ ਸਾਰੇ ਦਫ਼ਤਰਾਂ ਦਾ ਇਹੋ ਹੀ ਹਾਲ ਹੈ ਜਾਂ? ਸਰ ਪੂਰਾ ਗਾਂਧੀ ਨਗਰ ਇਹ ਹਾਲ ਹੈ, ਜਿਹੜੇ
ਏਰੀਏ 'ਚ ਪਾਵਰ ਆਫਿਸ ਹੈ, ਲਾਈਟ ਨਹੀਂ ਹੈ, ਉਸ ਵਜ੍ਹਾ ਕਰਨਾ ਸਾਰੀ ਪ੍ਰੋਬਲਮ ਆ। ਸਰ ਆਂਧੀ ਤੂਫਾਨ ਵੀ ਨਹੀਂ ਹੈ, ਅੱਜ ਕੁਛ ਨਹੀਂ ਹੈ। ਅੱਛਾ ਮੌਸਮ ਹੈ, ਇਸ ਮੌਸਮ ਦੇ ਵਿੱਚ ਵੀ ਤੁਸੀਂ ਲਾਈਟ ਦੇ ਹਾਲਾਤ ਰੱਖਣਾ। ਅਗਰ ਆਂਧੀ ਤੂਫਾਨ ਵੀ ਹੋ ਜਾਏ ਤੇ ਫਿਰ ਤੇ 9-9 ਘੰਟੇ ਲਾਈਟ ਨਹੀਂ ਆਉਂਦੀ। ਤੁਸੀਂ ਦੇਖ ਰਹੇ ਹੋ ਕਿ ਪੱਖੇ ਬੰਦ ਪਏ ਹੋਏ ਨੇ, ਸਿਸਟਮ ਸਾਰੇ ਬੰਦ ਪਏ ਹੋਏ ਨੇ, ਇਹਨਾਂ ਦੇ ਕੀ ਕੰਮ ਕਰਨਗੇ ਅਤੇ ਕਿਸ ਤਰ੍ਹਾਂ ਕਰਨਗੇ। ਔਰ ਤੁਹਾਨੂੰ ਦੱਸ ਦਈਏ ਕਿ ਇਹ ਦਫ਼ਤਰ ਜਿਹੜਾ ਹੈ ਇਹਨਾਂ ਦਾ ਬਿਲਕੁਲ ਕਰੀਬ 100-150 ਮੀਟਰ ਦੀ ਦੂਰੀ 'ਤੇ ਹੈ PDD ਦਾ ਐਕਸੀਅਨ ਦਾ ਆਫਿਸ। ਲਗਭਗ 2-3 ਘੰਟੇ ਲਾਈਟ ਕਾ ਵੀ ਪਤਾ ਨਹੀਂ ਹੋਤਾ ਕਿ ਬੰਦ ਹੋ ਗਈ ਹੈ। 3-3 ਹਾਂ, 2-3 ਘੰਟੇ ਤੋਂ ਆਮ ਚਲੇ ਜਾਤੀ ਕਈ ਵਾਰੀ। ਆਜ ਕਬ ਸੇ ਬੰਦ ਹੈ? ਆਜ ਵੀ ਅਭੀ ਲਗਭਗ 2 ਵਜੇ ਸੇ ਬੰਦ ਹੈ। 2 ਵਜੇ ਤੋਂ ਲੈ ਕੇ ਇਸ ਵੇਲੇ ਤੱਕ ਬੰਦ ਹੈ? ਅਭੀ ਤੱਕ ਬੰਦ ਹੈ, ਲਗਭਗ 3 ਘੰਟੇ ਹੋ ਚਲੇ ਹੈ। ਫ੍ਰਿਜ ਤੇ ਤੁਸੀਂ ਲਗਾਏ ਹੋਏ ਨੇ, ਕਿਆ ਕਰੇ ਜਨਾਬ, ਫ੍ਰਿਜ ਠੰਡੇ ਹੋਤੇ ਫਿਰ ਗਰਮ ਹੋ ਜਾਤੇ ਹੈ, ਬਿਕਤਾ ਨਹੀਂ ਹੈ ਮਾਲ। ਤੋ ਕਸਟਮਰ ਕਿਸ ਤਰ੍ਹਾਂ ਆਏਗਾ ਫਿਰ ਅਗਰ ਫ੍ਰਿਜ ਹੀ ਨਹੀਂ ਚੱਲਣਗੇ ਤੇ? ਅਭੀ ਇਸਮੇ ਬਤੌਰ ਆਮ ਵੀ ਕਿਆ ਕਰ ਸਕਤੇ ਹੈ, ਬਿਜਲੀ ਬੰਦ ਕਿ ਲਾਈਟ ਨਹੀਂ ਜਾਏਗੀ, ਲੇਕਿਨ ਉਸਕਾ ਕੋਈ ਫਨ ਨਹੀਂ ਹੈ। ਸਮਾਰਟ ਮੀਟਰ ਲਗੇ ਹੋਏ ਹੈ, ਖੰਭੋ ਪੇ ਲਗੇ ਹੈ, ਕੋਈ ਇਸ਼ੂ ਨਹੀਂ ਹੈ। ਪੈਸੇ ਲਗਾਤਾਰ ਜਾ ਰਹੇ ਹੈ, ਬਿੱਲ ਆਤੇ ਇਤਨੇ ਇਤਨੇ ਕਿਉਂ ਆ ਰਹੇ, ਕੋਈ ਲਾਈਟ ਇਤਨੀ ਹੋਤੀ ਨਹੀਂ ਤਬ ਵੀ ਬਿੱਲ ਇਤਨੇ ਆ ਰਹੇ ਹੈ। ਨਹੀਂ, ਹਾਲਾਤ ਇਹ ਹੈ ਕਿ ਅਗਰ ਆਪ ਸਮਾਰਟ ਮੀਟਰ ਆਪਣੇ ਲਗਵਾਏ ਹੈ, ਕਮ ਸੇ ਕਮ ਲਾਈਟ ਤੋਂ ਦੋ, ਇਤਨੀ ਇਤਨੀ ਲਾਈਟ ਜਾਏਗੀ ਕੈਸੇ ਕੰਮ ਚਲੇਗਾ, ਕੈਸੇ ਦੁਕਾਨਦਾਰ ਆਪਣਾ ਕੰਮ ਚਲੇਗਾ। ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਨਰੇਸ਼ ਕੁਮਾਰ। ਨਰੇਸ਼ ਜੀ, ਕਿੰਨੀ ਦੇਰ ਤੋਂ ਬੈਠੇ ਹੋਏ ਇੱਥੇ? ਸਰ 2-2.5 ਘੰਟੇ ਹੋ ਗਏ। ਲਾਈਟ ਫੁੱਲ ਹੈ? ਲਾਈਟ ਨਹੀਂ ਹੈ ਸਰ, ਬਿਲਕੁਲ ਨਹੀਂ। ਪੱਕਾ ਪਸੀਨਾ ਟਪਕ ਰਿਹਾ ਹੈ? ਪਸੀਨਾ ਇਸ ਤਰ੍ਹਾਂ, ਇੱਕ ਪੰਖਾ ਚੱਲ ਰਿਹਾ ਹੈ ਸਰ, ਇੱਕੋ ਇਨਵਰਟਰ ਪੇ। ਸਰ ਇਨਵਰਟਰ ਪੇ ਹਮ ਜੀ ਰਹੇ ਹਾਂ। ਕਿਆ ਕਰ, ਸਾਰਾ ਗਾਂਧੀ ਨਗਰ ਇਸ ਤਰ੍ਹਾਂ ਹੀ ਹੈ? ਸਰ ਸਾਰਾ ਗਾਂਧੀ ਨਗਰ ਇਸ ਤਰ੍ਹਾਂ ਹੀ ਹੈ। ਕਿਆ ਕਰ, ਸਮਾਰਟ ਮੀਟਰ ਵੀ ਲੱਗੇ ਹੋਏ ਤੇ ਬਿਜਲੀ ਵੀ ਤੇ ਸਮਾਰਟ ਆਣੀ ਚਾਹੀਦੀ ਹੈ। ਸਰ ਹਮਾਰੇ ਲਈ ਤਾਂ ਅਭੀ ਤੱਕ ਦਿਖਾ ਨਹੀਂ ਕੁਛ ਵੀ, ਜਬ ਆਤੇ ਹੈ ਲਾਈਟ ਬੰਦ ਹੀ ਹੋਤੀ ਹੈ, ਜਬ ਆਤੇ ਹੈ ਬਿਲ ਪੜੇ, ਕਭੀ ਲਾਈਟ ਨਹੀਂ ਦਿਖਾ। ਤੁਹਾਨੂੰ ਪਤਾ ਐਕਸੀਅਨ ਦਾ ਦਫ਼ਤਰ ਜਿਹੜਾ PDD ਦੇ ਬਿਲਕੁਲ ਨਾਲ ਹੈ? ਬਿਲਕੁਲ ਸਰ, ਅਬ ਦੇਖਤੇ ਹੈ ਕਿਸੀ ਕੋ ਬੋਲਤੇ ਹੈ ਕਾਲ ਕਰਨੇ ਕੇ ਲੀਏ ਕਿ ਲਾਈਟ ਕਬ ਆਏਗੀ, ਜਹਾਂ ਪੇ ਇਤਨੀ ਗਰਮੀ ਮੇਂ ਬੈਠੇ ਹੋਏ ਹੈਂ, ਬੁਰੀ ਹਾਲਤ ਹੈ। ਆਪ ਲੋਗੋਂ ਕਾ ਕਸੂਰ ਕਿਆ ਹੈ? ਅਬ ਸਰ ਭੁਗਤ ਰਹੇ ਹੈਂ ਹਮ, ਪਤਾ ਤੋ ਜੇ ਹਮੇਂ ਖੁਦ ਨਹੀਂ ਚੱਲ ਰਿਹਾ ਕਿ ਕੌਨ ਸੇ ਪਾਪ ਕੀਏ ਹਮਨੇ, ਜੋ ਬੋਲਤੇ ਸਮਾਰਟ ਮੀਟਰ ਲਗੇਂਗੇ ਤੋ ਲਾਈਟ ਬੰਦ ਨਹੀਂ ਹੋਏ, ਅਬ ਤੋ ਯਹੀ ਬੋਲ ਰਹੇ ਥੇ ਕਿ ਆਪਕੋ ਲਾਈਟ ਦੇਂਗੇ, ਬੰਦ ਨਹੀਂ ਹੋਗਾ, ਕੱਟ ਨਹੀਂ ਹੋਗਾ ਉਸਮੇਂ। ਮੇਰਾ ਨਾਮ ਵਿਸ਼ਾਲ। ਵਿਸ਼ਾਲ ਜੀ, ਕੀ ਹੈ ਪਾਵਰ ਦਾ ਸੇਲ? ਪਸੀਨਾ ਪਸੀਨਾ ਹੋ ਰਹੇ ਹੋ? ਜੈ ਜੀ ਬਹੁਤ ਅੱਛਾ, ਐਸੇ ਹੀ ਹੈ, ਆਪਕੇ ਸਾਹਮਣੇ ਹੀ ਹੈ ਰੋਜ਼, ਐਸੇ ਇਹੀ ਵਾਲਾ ਰੋਜ਼ ਹੈ। ਗਾਂਧੀ ਨਗਰ ਹੈ ਪੌਸ਼ ਇਲਾਕਾ ਜੰਮੂ ਦਾ, ਸਮਾਰਟ ਸਿਟੀ, ਲਾਈਟ ਜਾਣੇ ਦਾ ਪਤਾ ਚੱਲਦਾ ਆਏਗੀ ਕਾ ਪਤਾ ਨਹੀਂ, ਮਤਲਬ ਸਮਾਰਟ ਸਿਟੀ ਬਣ ਗਈ ਆਪਕੇ ਸਾਹਮਣੇ ਹੀ। ਏਸੀ ਲਗਾ ਹੋਇਆ ਖਾਲੀ ਦੇਖਣੇ ਕੇ ਲੀਏ, ਮਤਲਬ ਦੇਖਤੇ ਹੋ ਨਾ ਏਸੀ ਕੋ, ਠੰਡ ਆ ਜਾਤੀ ਹੈ, ਮਤਲਬ ਉਸੇ ਏਸੀ ਕੋ ਦੇਖਣੇ ਕੀ ਦੇਖਣੇ ਕੋ ਫੀਲਿੰਗ ਲੈ ਸਕਤੇ ਆਪ। ਹਾਂ, ਏਸੀ ਦੀ ਆਵਾਜ਼ ਆ ਰਹੀ ਹੈ, ਐਸਾ ਲੱਗ ਰਿਹਾ ਹੈ, ਲੇਕਿਨ ਚਲੇਗਾ ਨਹੀਂ, ਚਲੇਗਾ ਜਦੋਂ ਕੰਪਰੈਸ਼ਰ ਆਉਣ ਦਾ ਤੋਂ ਤਰ੍ਹਾਂ ਹੀ ਬੰਦ ਹੋ ਜਾਂਦਾ ਹੈ। ਦੋ ਮਿੰਟ ਚਲਦੀ ਹੈ ਲਾਈਟ, ਉਸਕੇ ਬਾਅਦ
एसी से तो नाम का ही है। एसी बस, हाँ सही बात है, नाम का ही है।